ਬਹੁਤੀ ਵਧੀਆ ਜੋਧੇ ਦੀ ਪੈਣ ਲੱਗੀ ਆ ਕਬੱਡੀ। ਉਧਰ ਮੁਸ਼ਰਫ ਜੰਜੂਆ ਵੇਖਦਾ ਇਹਨੂੰ ਗੁੱਟ ਫੜ ਕੇ ਕੈਂਚੀ ਲਾਵਾਂ ਮੈਂ ਵੇਖਦੇ ਆ 30 ਸੈਕਿੰਡ ਦੀਆਂ ਗੱਲਾਂ ਹੁੰਦੀਆਂ ਆ। ਆ ਵੇਖ ਲਓ ਮੁਸ਼ਰਫ ਜੰਜੂਆ ਦੁਨੀਆਂ ਦਾ ਸੁਪਰ ਸਟਾਰ ਆਰ ਵੇਖਦੇ ਉਹ ਵੀ ਘੱਟ ਨੀ ਚੜ੍ਹਦੀ ਜਵਾਨੀ ਆ। ਆ ਗੁੱਟ ਫੜ ਲਿਆ ਸਵਾਦੇ ਵਾਂਗੂ ਪਰ ਆ ਗੱਭਰੂ ਵੇਖਦੇ ਆ ਭਰਿਆ ਭੱਜਾ ਜਾਂਦਾ ਤਵੱਜਾ ਜਾਂਦਾ ਭੱਜਾ ਜਾਂਦਾ ਲੱਖਾਂ ਦੇ ਅੰਕ ਦੀ ਗੱਲ ਹੋਣੀ ਆ ਜਿਹਦਾ ਵੀ ਆਹ ਵੇਖ ਲਓ ਪੁੰਨੇ ਦੋਨੇ ਗੱਭਰੂ ਪੂਰੀ ਜਦੋਂ ਜਹਦ ਕਰਦੇ ਹੋਏ ਮੁਸ਼ਰਫ ਜੰਜੂਆ ਨੇ ਪਹਿਲੇ ਸਾਰ ਇੰਗਲੈਂਡ ਆਇਆ ਲਓ ਇੱਧਰ ਜੰਜੂਆ ਮਹਾਨ ਜਾਫੀ ਜੰਜੂਆ ਤੇ ਜੋਧਾ ਬੱਲੇ 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 ਆਓ ਕਬੱਡੀ 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 ਖੇਡ ਦੇ ਮੈਦਾਨ ਦੇ ਵਿਚਕਾਰ ਦੀਪਾ ਮੌਲੀ ਵਾਲਾ ਜ਼ੋਰ ਲੱਗਿਆ ਹੋਇਆ 20 ਪਾਉਂਡ ਦੀਪਾ ਮੌਲੀ ਤੇ ਹਰਨੇਕ ਸਿੰਘ ਨੇਕਾ ਮੈਰੀ ਪ੍ਰਿਆ ਉਹਨਾਂ ਵੱਲੋਂ ਮਾਣ ਹੈ ਜੰਜੂਆ ਤੇ 20 ਪਾਉਂਡ ਮਾਣ ਨੇ ਜੰਜੂਆ ਤੇ। ਚੱਲ ਅਗਲੀ ਕਬੱਡੀ ਮਾਨਾ ਜੱਟ ਪਾਉਣ ਦੀ ਫਿਰ ਤਿਆਰੀ ਕਰਦੀ ਮੂਰੇ ਚਾਰੇ ਜਾਫੀ ਫਿਰ ਪਈ ਆ ਕਬੱਡੀ ਕਹਿੰਦੇ ਉੱਡਣਾ ਜਿੰਨਾ ਮਰਜ਼ੀ ਉੱਡੋ ਇਹਨੂੰ ਅਖੀਰ ਨਾ ਸਮਝੋ ਕਦੇ ਨਿਸ਼ਾਨਾ ਉੱਕ ਵੀ ਸਕਦਾ ਹਰ ਗੱਲ ਆਪਣੀ ਤੀਰ ਨਾ ਸਮਝੋ। ਆ ਵੇਖਦੇ ਆ ਮੁਸ਼ਰਫ ਜੰਜੂਆ ਨੇ ਸਵਾਨੇ ਦੀ ਗੱਲ ਕਰਤੀ ਆ ਗੁੱਟ ਫੜਿਆ ਆ ਵੇਖਦੇ ਆ ਪੂਰਾ ਜ਼ੋਰ ਲੱਗਿਆ ਪਿਆ ਆ ਵੇਖ ਲਓ ਆ ਵੇਖ ਲਓ ਆ ਵੇਖ ਲਓ ਲੱਖਾਂ ਦੇ ਅੰਕ ਜੋੜ ਦਿੱਤਾ ਇਸ ਨੌਜਵਾਨ ਨੇ ਆ ਪਤਾ ਲੱਗ ਗਿਆ ਵਾਹ ਇਧਰ ਮੇਰਾ ਵੀ ਮੰਗਾ ਤੇ ਨਾਲ ਛਿੰਦਾ ਸੁਰਖ ਪੁਰਈਆ ਕਹਿੰਦੇ ਕਿ ਮੁਕਾਬਲਾ ਹੋ ਗਿਆ ਆ ਵੇਖਦੇ ਆ ਆ ਜੰਜੂਏ ਦੇ ਨਾਲ ਮੁਕਾਬਲਾ ਹੋਇਆ ਆ ਵੇਖਦੇ ਗੱਲ ਕਿੱਧਰ ਨੂੰ ਜਾਂਦੀ ਆ ਦੋਨੇ ਗੱਭਰੂ ਪੂਰਾ ਜ਼ੋਰ ਲਾਉਂਦੇ ਹੋਏ ਤੇ ਲੱਗਦਾ ਵੀ ਪੁਆਇੰਟ ਚੁੰਨੀ ਪੱਤਰ ਦਾ ਫੈਸਲਾ ਆਇਆ ਵੀ ਜੰਜੂਏ ਦੇ ਤੇ ਜੰਜੂਏ ਦੇ ਹਿੱਸੇ ਜੁੜਦਾ ਉਹਦੇ 20 ਪਾਉਂਡ ਉਧਰ ਨੇਕਾ ਮੈਰੀਪੁਰ ਵਾਲੇ ਵੱਲੋਂ ਤੇ ਪਿੰਦੂ ਜੋਲ ਵੱਲੋਂ ਸਾਰੇ ਮੇਰੇ ਵੀਰ ਇਕੱਠੇ ਇੱਧਰ ਗੋਰਾ ਚੱਕਾਂ ਵਾਲਾ ਤੇ ਚੱਲ ਬਈ ਪਾ ਵੇ ਗੱਭਰੂ ਆ ਕਬੱਡੀ ਉਧਰ ਸ਼ਿੰਦੀ ਏਵਨ ਵੱਲੋਂ ਜਿੰਨੇ ਵੀ ਗ੍ਰੇਵਯਾਰਡ ਦੇ ਜਾਫੀ ਜਫਾ ਲਾਉਣਗੇ 20 ਪਾਉਂਡ ਲੱਗਣਗੇ ਆ ਕਬੱਡੀ ਚੱਲੇਗੀ 8 ਟੂਰਨਾਮੈਂਟ ਹੋਣਗੇ 2017 ਦੇ ਇੰਗਲੈਂਡ ਕਬੱਡੀ ਸੀਜ਼ਨ ਦੇ ਲਓ ਸਾਹਮਣੇ ਕਬੱਡੀ ਪਾ ਰਿਹਾ ਇਹ ਹੈ ਗੁਰਲਾਲ ਕਨੌਰ ਜਿਹਨੇ ਪਟਿਆਲਾ ਜ਼ਿਲ੍ਹਾ ਮਸ਼ਹੂਰ ਕੀਤਾ ਜਿਹਨੇ ਗੁਰਲਾਲ ਪਿੰਡ ਮਸ਼ਹੂਰ ਕੀਤਾ ਲਓ ਸਾਹਮਣੇ ਜੰਜੂਆ ਦੋਨੇ ਰੁਸਤਮ ਨੇ ਦੋਨੇ ਇਹ ਸਟਾਰ ਨੇ ਨੰਬਰ ਟੈਕਨੀਕਲ ਹੋ ਗਿਆ ਨੰਬਰ ਸਵਰਨ ਨੇ ਦਿੱਤਾ ਕਿ ਨੰਬਰ ਰੇਡਰ ਦਾ ਇਹ ਟੈਕਨੀਕਲ ਨੰਬਰ ਨੰਬਰ ਰੇਡਰ ਦਾ ਉਧਰ ਸੱਤੇ ਮਠੱਡੇ ਨੇ ਵੀ ਬਾਂਹ ਖੜੀ ਕੀਤੀ ਕਿ ਨੰਬਰ ਰੇਡਰ ਦਾ ਸੁਨੰਦ ਮਾਨਕ ਨੇ ਵੀ ਕਿਹਾ ਟੈਕਨੀਕਲ ਨੰਬਰ ਰੇਡਰ ਦਾ ਹੈਲੋ ਅਗਲੇ ਮੈਚ ਦੀਆਂ ਟੀਮਾਂ ਤਿਆਰੀ ਕਰ ਲੈਣਾ ਅਗਲਾ ਮੈਚ ਦੂਜਾ ਸੈਮੀ ਮੈਚ ਹੋਵੇਗਾ ਟੀਮਾਂ ਨੂੰ ਬੇਨਤੀ ਹੈ ਕਿ ਟੀਮਾਂ ਤਿਆਰੀ ਕਰ ਲੈਣਾ ਬਹੁਤ ਵਧੀਆ ਮੈਚ ਇੱਕ ਇੱਕ ਨੰਬਰ ਕੀਮਤੀ ਹੈ ਕਿਉਂਕਿ ਜਿਹੜੀ ਟੀਮ ਜਿੱਤੇਗੀ ਉਹ ਫਾਈਨਲ ਵਿੱਚ ਜਾਵੇਗੀ ਇਸ ਕਰਕੇ ਦੋਨਾਂ ਟੀਮਾਂ